मैं मुकेश आनंद एक बार फिर तो लाइव हो के विक्रमानंद नूं बेनती करदा आं भई मेरे वाइफ बेटा बेटी जिन्हां दे तुसीं नजायज नां लिखाए आ, मतलब कोई थोड़ा बहुत रहम करो, इन्ना भी झूठ फरेब जिहड़ा है वह बोलना चंगा नहीं हुंदा। दूसरा तुसी कहा सी कि अकाउंट खोले आ, ये कीता वो कीता, मतलब उहदे विच पैन कार्ड तुहाडे सी और तुहाडे 26AS दे विच 194A या 194AD दे तहत जिहड़ा टैक्स कटिया गया वह तुहाडे 26AS ਦੇ ਵਿੱਚ ਆਉਂਦਾ ਹੀ ਸੀ ਔਰ ਤੁਸੀਂ ਉਹਦੀਆਂ ਰਿਬੇਟਾਂ ਵੀ ਕਲੇਮ ਕੀਤੀਆਂ ਹੋਈਆਂ ਵਾ। ਦੈਨ ਤੁਸੀਂ ਇਹ ਕਿੱਦਾਂ ਕਹਿ ਸਕਦੇ ਆ ਕਿ ਸਾਨੂੰ ਪਤਾ ਹੀ ਨਹੀਂ ਸੀ? ਇਹ ਤੁਸੀਂ ਅਨਟੈਂਸ਼ਨਲੀ ਮੇਰੇ ਨਾਲ ਗਲਤ ਕਰ ਰਹੇ ਹੋ। ਵੀ ਠੀਕ ਆ, ਤਕੜੇ ਆਦਮੀ ਆ ਤੁਸੀਂ, ਹੱਥ ਪੈਂਦਾ ਸੀ ਤੁਸੀਂ ਕੇਸ ਦਰਜ ਕਰਾਤਾ ਮੇਰੇ ਤੇ, ਬਟ ਮੈਂ ਤੇ ਇਹੀ ਵਾਰ ਵਾਰ ਕਹੂੰਗਾ ਕੋਈ ਰੱਬ ਦਾ ਰਹਿਮ ਕਰੋ। ਦੂਸਰਾ ਵੀਰੇ, ਹੁਣ ਮੈਂ ਤੁਹਾਡਾ ਇੱਕ ਘਰੇਲੂ ਬੰਦਾ ਸੀ, ਗੱਲਾਂ ਤੇ ਮੈਨੂੰ ਵੀ ਬਹੁਤ ਸਾਰੀਆਂ ਪਤਾ ਹੈ ਵੀ ਤੁਹਾਡੇ ਮੰਮਾ ਦੇ ਨਾਂ ਤੇ ਪੈਨਸ਼ਨ ਦੇ ਪੈਸੇ ਲੱਗੇ ਆ, ਦੱਸੋ ਕਿਹੜਾ ਚੈੱਕ ਦਿੱਤਾ ਤੁਸੀਂ? ਦੂਸਰਾ ਵੀ ਸ਼ਾਇਦ ਵਿਕਰਮ ਉਦੋਂ ਤੱਕ ਤੈਨੂੰ ਵੀ ਨਹੀਂ ਸੀ ਪਤਾ ਕਿ ਪਿਛਲੇ 40-45 ਸਾਲ ਤੋਂ ਮੰਮਾ ਦੇ ਨਾਂ ਤੇ, ਮਤਲਬ ਭੋਲੀ ਦੇ ਨਾਂ ਤੇ ਤੁਹਾਡਾ ਇੱਕ ਲੌਕਰ ਚੱਲਦਾ ਪਿਆ ਸੀ ਕੈਨਰਾ ਬੈਂਕ ਮਾਲ ਰੋਡ ਮੇਨ ਬ੍ਰਾਂਚ ਦੇ ਵਿੱਚ, ਤੇ ਦੋ ਲੌਕਰ ਹੋਰ ਸੀ। ਵੀ ਮੈਂ ਮਤਲਬ ਇਹ ਕਹਿਣਾ ਨਹੀਂ ਚਾਹੁੰਦਾ, ਜਦੋਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਦੋਵਾਂ ਲੋਕਰਾਂ ਤੇ ਵੀ ਕਾਕੇ ਤੁਹਾਡੀ ਨੋਮੀਨੇਸ਼ਨ ਕਰਾਤੀ ਆ, ਤੁਸੀਂ ਵੀ ਤੇ ਰੁਚੀ ਵੀ ਮਤਲਬ ਬਹੁਤ ਖੁਸ਼ ਸੀ, ਇਹ ਕੀ ਗੱਲ? ਨਜਾਇਜ਼ ਨੀ ਇਹ? ਇਨਕਮ ਟੈਕਸ ਦੀ ਚੋਰੀ ਨੀ ਇਹ? ਤੁਸੀਂ ਮਤਲਬ ਡਿਪਾਰਟਮੈਂਟ ਨੂੰ ਧੋਖਾ ਨੀ ਦੇ ਰਹੇ? ਵੀ ਇੱਕੋ ਹੀ ਬੰਦਾ, ਉਹਦੇ ਦੋ ਨਾਂ ਔਰ ਤਿੰਨ ਲੋਕਰ, ਇਹ ਕਿੱਥੋਂ ਦੀ ਅਕਲਮੰਦੀ ਆ? ਆਪਾਂ ਨਾ ਇੱਕ ਦੂਸਰੇ ਦੇ ਪੋਤੜੇ ਪੋਤੜੇ ਫੋਲੀਏ। ਮੈਂ ਹੁਣ ਵੀ ਬੇਨਤੀ ਕਰਦਾ ਵੀ ਮੈਨੂੰ ਜਿੱਥੇ ਮਰਜ਼ੀ ਬੁਲਾ ਲਾ, ਬਟ ਪਹਿਲਾਂ ਮੇਰੇ ਬੱਚਿਆਂ ਦਾ ਤੇ ਵਾਈਫ ਦਾ ਨਾਂ ਮਤਲਬ ਉਹਦੇ ਚੋਂ ਕਟਾਓ। ਔਰ ਮੈਂ ਹੁਣ ਵੀ ਕਹਿੰਦਾ ਵੀ ਮੇਰੇ ਨਾਲ ਪ੍ਰੋਪਰ ਹਿਸਾਬ ਕਰੋ, ਜੋ ਕੁਛ ਤੁਹਾਡਾ ਬਣਦਾ ਆ ਮੈਂ ਉਹ ਦੇਣ ਨੂੰ ਤਿਆਰ ਆ। ਵੀ ਮਤਲਬ 1,29,00,000 ਤੇ LIC ਨੇ ਹੀ ਮੇਰਾ ਸੀਜ਼ ਕੀਤਾ ਹੋਇਆ ਵਾ, ਜਿਹੜਾ ਕਿ ਉਹਨਾਂ ਨੇ ਤੁਹਾਨੂੰ ਦੇਣਾ। ਫਿਰ ਤੁਸੀਂ ਰਜਿਸਟਰੀ ਮਤਲਬ 28,00,000 ਪਿਆ ਆ, ਜਿਹੜੇ ਪੈਸੇ ਘਰ ਕੈਸ਼ ਮੈਂ ਦੇ ਕੇ ਆਇਆ ਸੀ ਉਹਦਾ ਮੇਰੇ ਕੋਲ ਗਵਾਹ ਵੀ ਆ, ਮਤਲਬ ਉਹ ਪੈਸੇ ਕਿੱਥੇ ਗਏ? ਔਰ ਬਾਕੀ ਮੈਨੂੰ ਦੱਸੋ ਵੀ ਜਿੰਨੇ ਦੀ ਰਜਿਸਟਰੀ ਹੁੰਦੀ ਆ ਉਹ ਜਗ੍ਹਾ ਉਹਨੇ ਦੀ ਹੁੰਦੀ ਆ, ਜਿਹੜੀ ਕਿ ਮੈਂ ਖੁਦ 2011 ਦੇ ਵਿੱਚ ਉਹਦਾ 70,00,000 ਪੇ ਕੀਤਾ ਸੀ, ਤੇ ਮੈਂ 2022 ਆਉਂਦਿਆਂ ਤੱਕ ਵੀ ਤੁਹਾਨੂੰ 28,00,000 ਚ ਵੇਚ ਦੂੰਗਾ, ਕਿਉਂਕਿ ਉਹਦੇ ਤੇ ਬਾਅਦ ਚ ਕੰਸਟਰਕਸ਼ਨ ਵੀ ਕੀਤੀ, ਤੁਸੀਂ ਉਥੋਂ ਜਨਰੇਟਰ AC ਸਾਰਾ ਕੁਛ ਲਾ ਕੇ ਲੈ ਗਏ, ਫਰਨੀਚਰ ਮਤਲਬ ਪਤਾ ਨੀ ਕਿੱਥੇ ਚਲਾ ਗਿਆ। ਇਹ ਕਿਹੜੀਆਂ ਗੱਲਾਂ ਜੇ ਵਿਕਰਮ, ਪਿਆ ਹੋਇਆ ਤੂੰ ਕੀ ਕਰੇਗਾ? ਮਤਲਬ ਇਸ ਚੀਜ਼ ਨੂੰ ਛੱਡ ਦੇ ਵੀ ਮੈਨੂੰ ਮਜਬੂਰ ਨਾ ਕਰ ਵੀ ਮੈਂ ਓਪਨਲੀ ਮਤਲਬ ਤੇਰੇ ਖਿਲਾਫ਼ ਜਾਂ ਵਰਦਾਨ ਦੇ ਖਿਲਾਫ਼ ਕਿਸੇ ਨਾਲ ਕੋਈ ਗੱਲ ਕਰਾਂ ਜਾਂ ਰੁਚੀ ਦੇ ਖਿਲਾਫ਼ ਕੋਈ ਗੱਲ ਕਰਾਂ। ਥੋੜਾ ਜਿਹਾ ਰੱਬ ਦਾ ਡਰ ਖਾਓ। ਵੀ ਉਦਣ ਘਰ ਆਪਣੀ ਗੱਲ ਹੋਈ ਹੈ, ਮੈਂ ਤੁਹਾਨੂੰ ਇਹੀ ਕਿਹਾ ਸੀ ਵੀ ਬੱਚਿਆਂ ਨੂੰ ਮੈਂ ਪੇਪਰ ਭੇਜ ਦਿੰਦਾ, ਸਾਈਨ ਕਰਕੇ ਭੇਜ ਦੇਣਗੇ, ਵੀ ਮੈਂ 1,00,00,000 ਰੁਪਈਆ ਹੁਣੇ ਦਿੰਦਾ।
और तुसी जो लिया वा मेरे को तुसी ओदे च भी झूठ बोलदे पए नाले सेखो नाल मेरी कादी वंड व्यार सी मेनू मतलब रोड़े ने जेडे मतलब पेपर श्री सुशील आनंद जी ने मतलब मेरे वड्डे भाजी कुकू भाजी ने भी पढ़े सी उन्होंने कहा सी रंजू नूं साइन करन लई भी ओदे च रहनामा सी और तुसी सेखों दे नां ते पावर ऑफ अटॉर्नी किद्दां बन गई भी थले ओह पेपर कुछ होर पढ़ाउण लिया वा मैं कल्ले ने नहीं भाजी ने भी पढ़े सी को रब दा खौफ खाओ मैं ते उन्हां नूं भी इस वीडियो दे राही बेनती करना चाहुंदा भी भाजी प्लीज प्लीज मतलब सच दा साथ दिओ भी जो तुसी पढ़िया सी ओह दस दिओ फिर ਤੁਸੀਂ ਮੈਨੂੰ ਦੱਸਦੀ ਹੋ ਕਿ ਮੈਂ ਨਜਾਇਜ਼ ਕੀਤੀ ਹੈ ਕਿ ਇਹਨਾਂ ਨੇ ਨਜਾਇਜ਼ ਕੀਤੀ ਹੈ ਵੀ ਜੋ ਵੀ ਮਤਲਬ ਉਹਦਾ ਸਾਰਿਆਂ ਨੂੰ ਮੇਰੀ ਜੈ ਮਾਤਾ ਦੀ ਮੈਂ ਰੰਜੂ ਆਨੰਦ ਮੁਕੇਸ਼ ਆਨੰਦ ਦੀ ਵਾਈਫ ਜੋ ਕਿ ਜਿਸ ਤਰ੍ਹਾਂ ਕਿ ਤੁਸੀਂ ਪਿਛਲੇ ਕੁਛ ਦਿਨਾਂ ਤੋਂ ਨਿਊਜ਼ ਵਿੱਚ ਦੇਖਿਆ ਹੋਣਾ ਕਿ ਵਿਕਰਮ ਆਨੰਦ ਨੇ ਮੇਰੇ ਪਤੀ ਤੇ ਮੇਰੇ ਬੱਚਿਆਂ ਤੇ ਮੇਰੇ ਤੇ ਧੋਖਾਧੜੀ ਦੇ ਇਲਜ਼ਾਮ ਲਗਾਏ ਨੇ ਜੋ ਕਿ ਸਭ ਝੂਠ ਹੈ ਬਲਕਿ ਅਸਲੀ ਸਾਜਿਸ਼ ਉਹਨੇ ਸਾਡੇ ਨਾਲ ਕੀਤੀ ਹੈ ਮੇਰਾ ਆਫਿਸ ਸੀ ਜਿਹੜਾ ਮੇਰੇ ਨਾਂ ਤੇ ਸੀ ਉਹਨੇ ਮੈਨੂੰ ਪੇਪਰ ਕੋਈ ਹੋਰ ਦਿਖਾਏ ਤੇ ਮੇਰੇ ਕੋਲ ਗਲਤ ਸਾਈਨ ਕਰਵਾ ਲਿੱਤੇ ਝੂਠੇ ਪੇਪਰਾਂ ਤੇ ਉਹਦੀ ਰਜਿਸਟਰੀ ਆਪਣੇ ਸਕੂਲ ਦੇ ਪ੍ਰਿੰਸੀਪਲ ਸੇਖੋਂ ਦੇ ਨਾਂ ਤੇ ਕਰ ਦਿੱਤੀ ਮੇਰਾ 50 ਲੱਖ ਦਾ ਗੋਲਡ ਮੇਰੇ ਪਤੀ ਦੀਆਂ ਮੇਰੀਆਂ ਪੋਲਿਸੀਆਂ 35 ਪੋਲਿਸੀਆਂ ਸੀ ਜਿਹੜੀਆਂ ਉਹਨੇ ਕਿ ਧੋਖੇ ਨਾਲ ਸਰੈਂਡਰ ਕਰਵਾਈਆਂ ਤੇ ਉਹਦਾ ਵੀ ਤੇ ਕਿੰਨਾ ਪੈਸਾ ਉਹਦੇ ਕੋਲ ਗਿਆ ਤੇ ਅਸਲੀ ਹੁਣ ਸਾਨੂੰ ਕਹਿੰਦਾ ਕਿ ਅਸੀਂ 4.5 ਕਰੋੜ ਅਸੀਂ ਇਹਦੇ ਕੋਲ ਲੈਣਾ ਵਾ ਕਿਸੇ ਪੇਪਰ 'ਚ ਕੋਈ ਲਿਖਦਾ ਵਾ ਕਿ ਇੰਨੇ ਲਿਆਉਂਦੇ ਨੇ ਕਿਸੇ ਪੇਪਰ 'ਚ ਕੁਛ ਲਿਖਦਾ ਵਾ ਸਾਨੂੰ ਦੱਸਿਆ ਜਾਵੇ ਕਿ ਉਹਨੇ ਸਾਡੇ ਕੋਲ ਲੈਣਾ ਕੀ ਆ ਮੇਰੇ ਬੱਚਿਆਂ ਦੇ ਨਾਂ ਕਿਉਂ ਉਹਨੇ ਵਿੱਚ ਦਿੱਤੇ ਨੇ ਮੇਰਾ ਕਿਉਂ ਨਾਂ ਦਿੱਤਾ ਉਹਨਾਂ ਬੱਚਿਆਂ ਦਾ ਕੀ ਕਸੂਰ ਸੀ ਜਿਹੜਾ ਕਿ ਉਹ ਤਾਂ 10-12 ਸਾਲ ਤੋਂ ਕੈਨੇਡਾ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਮੈਂ ਪੁਲਿਸ ਦੇ ਅੱਗੇ ਸਭ ਦੇ ਅੱਗੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਇਸ ਮਤਲਬ ਉਹਨੂੰ ਵਿਕਰਮ ਨੂੰ ਵੀ ਇਸ ਤਰ੍ਹਾਂ ਹੀ ਸਜ਼ਾ ਮਿਲਣੀ ਚਾਹੀਦੀ ਆ ਮੈਨੂੰ ਮੇਰੇ ਪਤੀ ਨੂੰ ਇੰਨਾ ਟੋਰਚਰ ਕਰ ਰਿਹਾ ਕਿ ਇਸ ਟਾਈਮ ਉਹਨਾਂ ਦੀ ਹੈਲਥ ਇੰਨੀ ਖਰਾਬ ਹੋ ਚੁੱਕੀ ਮੈਂ ਦੱਸ ਨਹੀਂ ਸਕਦੀ ਉਹਨਾਂ ਦਾ BP ਸ਼ੂਗਰ ਕੰਟਰੋਲ 'ਚ ਨਹੀਂ ਆ ਰਿਹਾ ਜੇ ਉਹਨਾਂ ਨੂੰ ਕੁਛ ਹੋ ਗਿਆ ਜਾਂ ਮੈਨੂੰ ਵੀ ਕੁਛ ਹੋ ਗਿਆ ਤਾਂ ਮੈਂ ਸਾਰਾ ਇਲਜ਼ਾਮ ਵਿਕਰਮ ਆਨੰਦ 'ਤੇ ਲਗਾ ਦੇਣਾ ਵਾ ਅਤੇ ਉਹਦਾ ਕਸੂਰਵਾਰ ਵਿਕਰਮ ਆਨੰਦ ਉਹਦੀ ਵਾਈਫ ਰੁਚੀ ਆਨੰਦ ਅਤੇ ਉਹਦੇ ਫਾਦਰ ਇਨ ਲਾ ਹੋਣਗੇ ਮੇਰੀ ਬਸ ਇਹੀ ਬੇਨਤੀ ਹੈ ਕਿ ਤੁਸੀਂ ਮੇਰੇ ਨਾਲ ਖੜ੍ਹੇ ਰਹੋ ਸਾਰੇ ਅਤੇ ਉਹ ਵਿਕਰਮ ਆਨੰਦ ਨੂੰ ਵੀ ਇਸੇ ਤਰ੍ਹਾਂ ਸਜ਼ਾ ਦਿਓ ਜਿਸ ਤਰ੍ਹਾਂ ਉਹ ਮੇਰੇ ਪਤੀ ਦੇ ਉੱਪਰ ਮੇਰੇ ਪਤੀ ਨੂੰ ਦੇ ਰਿਹਾ ਵਾ ਇਸ ਟਾਈਮ ਮੈਂ ਇਸ ਇਹੀ ਮੇਰੀ ਹੱਥ ਜੋੜ ਕੇ ਸਭ ਦੇ ਅੱਗੇ ਬੇਨਤੀ ਹੈ ਜੈ ਮਾਤਾ ਦੀ